ਇੱਥੇ 58 ਲਿਖੇ ਹੋਏ ਨੇ ਹੁਣ ਚ ਇੱਕ ਦੋ ਜਿਹੜੇ ਇੱਕ ਮਿੰਟ ਮੈਂ ਪੱਤੀ ਨੂੰ ਪੂਰਾ ਕਰਦਾ ਕਿ ਉਧਰੋਂ ਰੋਟੀਆਂ ਦੇ ਵਿੱਚ ਕਰ ਦੂੰ ਆਹ ਫੜ 1600 ਰੁਪਏ ਦੀ ਕਿਵੇਂ ਦੀ ਰੋਟੀ ਕਰਦਾ ਪੂਰਾ ਕਰ ਦੇਖਿਆ मखन भाई हूं नहीं आपको कह सकता कोई फर्च लवाने चिट्टी किन्नी मोर चिट्टी किन्नी लवाने फर्च लवाई मोर चिट्टी किन्नी चिट्टी किन्नी देनी खोल वाहेगुरु कोची वाला भाई मोर तो बिना ना छोड़ दो पिंजरे नहीं भाई पानी दे मिट्टी मार दिया कोची तो फड़े हुए पैसे एक मानसा ने दिते एक डब्बे च नहीं रहने दिते पैसे इधर लिख लिया तेन आदि इधर भाई दे ले पानी प्रौणा ओदी स्मारक बना दूंगा पैसे फड़ी चल नहीं नाल दी नाल कोची तो फड़े हुए पैसे एक मानसा ने दिते एक डब्बे च नहीं रहने दिते पैसे इधर लिख लिया ਆ ਗਿਆ ਤਾਂ ਮੈਂ ਕੋਈ ਨਹੀਂ ਆ ਤਾਂ ਮੈਂ ਬਾਹਰ ਨਹੀਂ ਆ।
मक्खन भाई चेटिंग पहले वीडियो बना ली एक वाहेगुरु जी का खालसा वाहेगुरु फतेह। अज 23/6/2021 आजाद कबूतर क्लब वालों मानसा जिले सारे सीनियर खिलाड़ियों का सन्मान किया गया। इस तरह ही जिन्हें बनता सन्मान सारा करना चाहिए। दूसरा सम्मान धीरा माखा बिला माखा माखे सारी पंचायत सारे सरपंच पतवंते सज्जना सारा धन्यवाद करते जिन्होंने सारे सीनियर खिलाड़ियों का सन्मान किया। इन्हों का विशेष सन्मान किया गुरु इन्हों ये तरक्या बख्श गाह वास्ते होर आप एक दो समान करा तो दूजा का भी होगा। ये प्यार यदि वाद रहे ये टूरनामेंट इतनी होना होंगे रहने वाहेगुरू जी का खालसा भी फतेह। हां
ਵੀਰੇ ਮਾਖੇ ਬਾਜੀ ਹੋਈ ਸੀ, ਇੱਕ ਨੰਬਰ ਬਾਜੀ ਹੋਈ ਹੈ ਜਮਾਂ। ਧੀਰੇ ਵਰਗਿਆਂ ਨੇ, ਸਰਪੰਚ ਨੇ, ਸਾਰੇ ਨਗਰ ਨੇ ਰਲ ਕੇ ਬਾਜੀ ਕਰਾਈ ਹੈ, ਜਿਹਦੇ ਵਿੱਚ ਬਾਈ 6 ਕਬੂਤਰ ਹੈਗੇ ਸੀ। ਬੱਠੀ ਵੱਲੋਂ ਦਾ ਇਕੱਲਾ ਕਬੂਤਰ ਸੀ, ਇਹਨੂੰ 1500 ਦੀ ਜਿੱਤ ਆਈ ਹੈ। 5 ਕਬੂਤਰ ਅੱਡ ਸੀਗੇ, ਉਹਨਾਂ ਦਾ ਨਾਂ ਹੈਗਾ ਅਵਨੀਤ ਮਾਉੜ, ਗਿੱਟੀ ਅਹਿਮਦਪੁਰ, ਤਾਰੀ ਜੋਗਾ, ਨਵੀਂ ਉੱਡਤ, ਮਨਦੀਪ ਬੁਰਜ ਸੇਮਾ। ਜਿਹੜਾ ਬੱਠੀ ਵੱਲੋਂ ਦਾ ਸੀ ਬਾਈ, ਉਹ ਅੱਧਾ ਘੰਟਾ ਘੰਟਾ ਵੱਧ ਉੱਡਿਆ, ਛਤਰੀ 'ਤੇ ਬਹਾਇਆ। ਬੱਠੀ ਵੱਲੋਂ ਨੂੰ ਅਸੀਂ ਵਧਾਈਆਂ ਦਿੰਦੇ ਹਾਂ। ਬਹੁਤ ਬਹੁਤ ਕਬੂਤਰ ਕੋਲੇ ਆ ਬਾਈ ਦਾ, ਹੱਥ ਲੱਗ ਗਿਆ ਅਤੇ ਅਸੀਂ ਸਾਰੇ ਕਬੂਤਰ ਵਾਜਾ ਕਹਿੰਦੇ ਵੀ ਇਹੋ ਜਿਹੀ ਬਾਜੀ ਹੋਵੇ। ਇੱਕ ਨੰਬਰ ਬਾਜੀ ਹੋਈ ਆ ਬਾਈ, ਚੰਗਾ ਖਾਣ ਪੀਣ ਹੋਇਆ। ਸਰਪੰਚ ਦੀ ਬਹੁਤ ਬਹੁਤ ਅਸੀਂ ਰਿਸਪੈਕਟ ਕਰਦੇ ਹਾਂ, ਜਿਹਨਾਂ ਨੇ ਇੰਨੀ ਮਦਦ ਕਰੀ ਅਤੇ ਸਾਡੇ ਨਾਲ ਹੁਣ ਵੀ ਮੌਜੂਦ ਨੇ। ਮੈਂ ਮੰਗਾ ਸਿੰਘ, ਸਰਪੰਚ ਪਿੰਡ ਮਾਖਾ ਦਾ ਹਾਂ। ਜੋ ਕਿ ਜਿੰਨੇ ਵੀ ਕਬੂਤਰਾਂ ਵਾਲੇ ਮੇਰੇ ਵੀਰ ਵੱਡੇ ਜਾਂ ਛੋਟੇ ਜਾਂ ਨੌਜਵਾਨ ਪਹੁੰਚੇ ਹੈ, ਉਹਨਾਂ ਦੀਆਂ ਵਿਚਾਰਿਆਂ ਦੀਆਂ ਵੱਖਰੋ ਵੱਖਰੀਆਂ ਉਮੀਦਾਂ ਹੁੰਦੀਆਂ ਅਤੇ ਆਪਣੇ ਜਾਨਵਰਾਂ ਨੂੰ ਸੇਵਾ ਸੰਭਾਲ ਕਰਕੇ ਉਹਨਾਂ ਨੂੰ ਉਹਨਾਂ ਨੇ ਬਾਜੀ ਛਿੜਾਈ ਹੈ। ਜਿਹੜੀ ਇਹ ਬਾਜੀ ਮੇਰੇ ਪਿੰਡ ਵਾਸੀਆਂ ਦੇ 5-7 ਮੁੰਡੇ ਨੌਜਵਾਨ ਹੈਗਾ, ਜਿਵੇਂ ਧੀਰਾ, ਇੱਕ ਮੁੰਡਾ ਭੁੱਲਰਾਂ ਦਾ ਹੈਗਾ, 1-2 ਮੁੰਡੇ ਹੋਰ ਹੈ ਜੱਸਾ, 2-4 ਬੰਦੇ ਹੋਰ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਵਿਚਾਰਿਆਂ ਨੇ ਬਾਜੀ ਛਿੜਾਈ ਹੈ। ਬਾਜੀ ਛੱਡਣ ਤੋਂ ਪਹਿਲਾਂ ਇਹ ਕਿਹਾ ਸੀ ਵੀ ਇੱਕ ਤਾਂ ਮੈਨੂੰ ਕਿਸੇ ਪ੍ਰਕਾਰ ਦਾ ਲਾਂਭਾ ਨਾ ਆਵੇ, ਨਾ ਮੈਨੂੰ ਕਿਸੇ ਵੀ ਪਿੰਡ ਦਾ ਵਿਅਕਤੀ ਹੋਵੇ, ਨਾ ਤਾਂ ਮੈਨੂੰ ਉਹਦਾ ਲਾਂਭਾ ਆਵੇ, ਨਾ ਹੀ ਤੁਸੀਂ ਕਬੂਤਰਾਂ ਵਾਲੇ ਨੇ ਇੱਕ ਦੂਜੇ ਨਾਲ ਧੱਕਾਬਾਜ਼ੀ ਕਰਨੀ ਕਿਸੇ ਪ੍ਰਕਾਰ ਦੇ ਵਿੱਚ। ਜੇ ਬਾਜੀ ਕਰਾਉਣੀ ਹੈ ਤਾਂ ਸਾਫ਼ ਸੁਥਰੀ ਕਰਾ ਦਿਉ। ਤੁਹਾਨੂੰ ਜਾਨਵਰ ਹੁੰਦੇ ਆ ਜਿਹੜੇ, ਇਹ ਤੁਹਾਡੇ ਪਾਲੇ ਪਲੂਸੇ ਹੁੰਦੇ ਆ, ਜਿਵੇਂ ਆਪਾਂ ਕੋਈ ਮੱਝ ਜਾਂ ਗਾਂ ਪਾਲਦੇ ਹਾਂ ਕਿ ਦੁੱਧ ਵਾਲੀ ਲਵੇਰੀ, ਇਸ ਤਰ੍ਹਾਂ ਘੋੜੀ ਦਾ ਸ਼ੌਂਕ ਰੱਖਦੇ ਹਾਂ, ਵੱਖੋ ਵੱਖਰੇ ਬੰਦਿਆਂ ਦੇ ਸ਼ੌਂਕ ਹੁੰਦੇ ਹੈਗੇ। ਇਹਨਾਂ ਨੇ ਸ਼ੌਂਕ 'ਚ ਜਿਹੜੀ ਬਾਜੀ ਛਿੜਾਈ ਹੈ ਉਹ ਵਧੀਆ, ਜਿਹੜੇ ਬੰਦੇ ਆਏ ਆ ਇਹਨਾਂ ਦੀ ਵਧੀਆ ਸਾਂਭ ਸੰਭਾਲ ਕੀਤੀ ਹੈ, ਵਧੀਆ ਇਹਨਾਂ ਨੂੰ ਪ੍ਰਸ਼ਾਦਾ ਪਾਣੀ, ਚਾਹ ਪਾਣੀ, ਲੰਗਰ ਦਾ ਪ੍ਰਬੰਧ ਕੀਤਾ ਗਿਆ ਇਹਨਾਂ ਖਾਤਰ ਅਤੇ ਵਧੀਆ ਬਾਜੀ ਛਿੜਾਈ। ਤਾਂ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਸਾਡੇ ਪਿੰਡ ਵਾਸੀਆਂ ਵੱਲੋਂ ਕੋਈ ਦਿੱਕਤ ਨਹੀਂ ਆਉਣ ਦਿੱਤੀ, ਅਤੇ ਨਾ ਹੀ ਵਿਚਾਰਿਆਂ ਨੇ ਇਹਨਾਂ ਨੇ ਕਿਸੇ ਨੇ ਕਿਸੇ ਨੂੰ ਕੌੜਾ ਸ਼ਬਦ ਜਾਂ ਉੱਚਾ ਨੀਵਾਂ ਸ਼ਬਦ ਬੋਲੇਗਾ। ਇਸ ਕਰਕੇ ਇਹ ਸਾਰੇ ਜਿੰਨੇ ਵੀ ਕਬੂਤਰਾਂ ਵਾਲੇ ਹੈਗੇ ਮੁੰਡੇ ਨੌਜਵਾਨ, ਇਹ ਸਾਰੇ ਵਧਾਈ ਦਾ ਪਾਤਰ ਹੈ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ਼ਾਦ ਕਬੂਤਰ ਕਲੱਬ ਮਾਨਸਾ ਵੱਲੋਂ ਪਿੰਡ ਮਾਖਾ ਬਾਜੀ ਸੀਗੀ, ਅਤੇ ਇਹਨਾਂ ਮੰਗਾ ਸਿੰਘ ਸਰਪੰਚ, ਸਾਡਾ ਮਿਹਨਤੀ ਰਾ ਸਿੰਘ ਬੁੱਲਾ ਸਿੰਘ, ਤਾਰੀ ਨਿੰਮੀ ਮੰਦਰ, ਜਿੰਨੇ ਵੀ ਸਾਡੇ ਜੱਸੇ ਵੀਰ ਵਰਗੇ ਕਮੇਟੀ ਮੈਂਬਰ ਨੇ, ਸਾਰਿਆਂ ਨੇ ਸਿਰਾ ਲਾਇਆ, ਇਹਨੂੰ ਵੀ ਚੰਗੀਆਂ ਬਾਜ਼ੀਆਂ ਕਰਾਇਆ ਕਰਾਂਗੇ, ਠੀਕ ਹੈ। ਸਾਰਿਆਂ ਦੇ ਸਹਿਯੋਗ ਦਿੱਤਾ, ਆਪਾਂ ਆਪਣੇ ਕਬੂਤਰ ਕਟਾਈ ਆਪੇ ਖੋਗ ਅੱਗੇ, ਸਾਰਿਆਂ ਬਹੁਤ ਧੰਨਵਾਦ ਕਰਦੇ, ਜਿਹੜੇ ਜਿੱਤੇ ਉਹਨਾਂ ਨੂੰ ਵਧਾਈ, ਸਾਰਿਆਂ ਸਤਿ ਸ਼੍ਰੀ ਅਕਾਲ। ਕਿਤੇ ਮਰਜ਼ੀ ਦੇਖ ਲੈ, ਕਿਤੇ ਚੱਕੀ ਵੱਜ ਜਾਂਦਾ ਯਾਰ, ਤੇਰਾ ਆਪਣੇ ਟਾਈਮ।